ਗਲੋਬਲ ਹਸਪਤਾਲ ਦੇ ਵਿੱਚ ਮਰੀਜ਼ ਦੇ ਇਲਾਜ ਨੂੰ ਲੈ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਮਨੀ ਕੁਮਾਰ ਪੁੱਤਰ ਪਿਆਰੇ ਲਾਲ ਨਿਵਾਸੀ ਖੁਰਲਾ ਕੇਂਗਰਾ ਦਾ 22 ਤਰੀਕ ਨੂੰ ਚੁਨਮੁਨ ਚੌਂਕ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਪਹਿਲਾਂ ਕਿਸੇ ਹੋਰ ਹਸਪਤਾਲ ਅਤੇ ਫਿਰ ਗਲੋਬਲ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ। ਇਲਾਜ ਠੀਕ ਨਾ ਹੋਣ ਦੇ ਕਾਰਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ। ਕਿੱਥੇ ਰਹਿੰਦੇ ਭਾਜੀ? ਕੀ ਗੱਲ ਕੀ ਹੋਈ ਦੱਸੋ ਮਾੜਾ? ਇਹ ਸਰ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ। ਪਹਿਲਾਂ ਤੇ ਬੱਚਾ ਥੋੜਾ ਠੀਕ ਹੋਣ ਲੱਗ ਗਿਆ ਸੀਗਾ, ਇੱਕ ਹਫ਼ਤੇ ਤੱਕ ਥੋੜਾ ਹੋਸ਼ ਵੀ ਆ ਗਿਆ ਉਹਨੂੰ। ਬਾਅਦ 'ਚ ਉਹਨੂੰ ਅਟੈਕ ਆਇਆ ਅਤੇ ਇਹਨਾਂ ਨੇ ਕਹਿਤਾ ਕਿ ਠੰਡ ਲੱਗੀ ਆ, ਤਾਂ ਕਰਕੇ ਕੰਬਲ ਲੱਗ ਗਿਆ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਹੈਗੀ, ਤੁਸੀਂ ਇਲਾਜ ਕਰੋ ਕੋਈ ਗੱਲ। ਬਾਅਦ 'ਚੋਂ ਫਿਰ ਕਹਿੰਦੇ ਤਾਂ ਇਹਨੂੰ ਛੁੱਟੀ ਦੇ ਦੇਣੀ ਹੈ। ਜਦੋਂ ਛੁੱਟੀ ਦੇਣ ਲੱਗੇ ਉਹਨੂੰ ਬਾਹਰ ਆਇਆ, ਉਹਨੂੰ ਦੁਬਾਰਾ ਅਟੈਕ ਹੋ ਗਿਆ। ਉਸ ਤੋਂ ਬਾਅਦ 'ਚੋਂ ਬੱਚੇ ਨੇ ਹੋਸ਼ ਹੀ ਨਹੀਂ ਕੀਤਾ ਹੈਗਾ ਅਤੇ ਲਗਾਤਾਰ ਉਹਨੂੰ ਨਸ਼ੇ ਦੀਆਂ ਟੀਕੇ ਲਗਾਈ ਜਾ ਰਹੇ ਹਨ। ਬੇਹੋਸ਼ੀ ਦਾ ਅਸੀਂ ਪੁੱਛਿਆ ਵੀ ਇਹਨੂੰ ਬੇਹੋਸ਼ੀ ਦੇ ਟੀਕੇ ਕਿਉਂ ਦੇ ਰਹੇ? ਕਹਿੰਦੇ ਇਹਦੇ ਨਾਲ ਰੈਸਟ ਹੋ ਰਹੀ ਆ। ਅਸੀਂ ਕਿਹਾ ਵੀ ਫਿਰ ਬੰਦ ਕਰ ਦਿਓ ਇਹਨੂੰ ਬੇਹੋਸ਼ੀ ਦੇ ਟੀਕੇ, ਨਾ ਤਾਂ ਸਾਨੂੰ ਹੋਸ਼ 'ਚ ਲਿਆ ਕੇ ਦਿਖਾਓ। ਪਰ 3 ਦਿਨ ਹੋ ਗਏ ਅੱਜ ਬੇਹੋਸ਼ੀ ਦਾ ਟੀਕਾ ਬੰਦ ਆ, ਪਰ ਬੱਚਾ ਫਿਰ ਵੀ ਹੋਸ਼ 'ਚ ਨਹੀਂ ਆਇਆ ਹੈਗਾ। ਹੁਣ ਅੱਜ ਇਹਨਾਂ ਨੇ ਕਹਿਤਾ ਕਿ ਬੱਚਾ ਤੁਹਾਡਾ ਕੋਮਾ 'ਚ ਚਲੇ ਗਿਆ। ਅਤੇ ਕਿੰਨੇ ਚਿਰ ਦਾ ਦਾਖਲਾ ਭਾਅ ਜੀ ਇੱਥੇ? ਇਹ 22 ਦਿਨ ਹੋ ਗਏ। ਹਾਂਜੀ, 22 ਦਿਨ ਹੋ ਗਏ। ਐਕਸੀਡੈਂਟ ਕਦੋਂ ਹੋਇਆ ਸੀ? ਐਕਸੀਡੈਂਟ 13 ਤਰੀਕ ਰਾਤ ਨੂੰ ਹੋਇਆ। ਅਤੇ ਹੁਣ ਡਾਕਟਰ ਦਾ ਕੀ ਕਹਿਣਾ? ਹੁਣ ਡਾਕਟਰ ਦਾ ਕਹਿਣਾ ਕਿ ਬੱਚਾ ਤੁਹਾਡਾ ਕੋਮਾ 'ਚ ਹੋ ਗਿਆ, ਹੁਣ ਪਤਾ ਨਹੀਂ 6 ਮਹੀਨੇ ਲੱਗਣ ਜਾਂ 2 ਮਹੀਨੇ ਲੱਗਣ। ਇੱਕ ਭਾਅ ਜੀ, ਜਿਹੜਾ ਪੇਮੈਂਟ ਦਾ ਕੋਈ ਆ ਰਿਹਾ, ਪੇਮੈਂਟ ਕਿੰਨੀ ਕੁ ਦੇ ਚੁੱਕੇ ਤੁਸੀਂ? ਪੇਮੈਂਟ ਦਾ ਤਾਂ 3-3.5 ਲੱਖ ਰੁਪਏ, 4 ਲੱਖ ਰੁਪਏ ਦੇ ਲੱਗ ਦੇ ਕੇ ਦੇ ਚੁੱਕੇ ਹਾਂ। ਅੱਜ ਤੁਸੀਂ ਡਾਕਟਰ ਨਾਲ ਗੱਲ ਕੀਤੀ ਹੈ? ਹਾਂਜੀ। ਨਹੀਂ ਨਹੀਂ ਸਰ, ਅੱਜ ਨਹੀਂ ਗੱਲ ਉਹਨਾਂ ਨਾਲ ਹੋਈ ਕੋਈ ਨਹੀਂ। ਅੱਜ ਜਦੋਂ ਉਹਨੇ ਦੇਖਿਆ ਨਾ ਵੀ ਇਹ ਸਾਰੀ ਜਨਤਾ ਆਈ ਪਈ ਆ, ਕੱਲ੍ਹ ਅਸੀਂ ਉਹਨੂੰ ਇੱਥੋਂ ਬਾਹਰ ਕੱਢਿਆ ਇਹਨਾਂ ਨੇ ਇੱਥੇ ਨਾਲ ਸਕੈਨ ਦਾ। ਮਨੀ ਕੁਮਾਰ ਨਾਮ ਦਾ ਪੇਸ਼ੈਂਟ ਹੈ ਖੁਰਲੇ ਕੇਂਗਰੇ ਤੋਂ, 21 ਸਾਲ ਦੀ ਉਮਰ, ਇੱਥੇ ਐਡਮਿਟ ਹੈ ਗਲੋਬਲ ਹੋਸਪਿਟਲ। ਅਤੇ ਅੱਜ ਪਰਿਵਾਰ ਵਾਲੇ ਅਤੇ ਇਹਦੇ ਮੁਹੱਲੇ ਵਾਲਿਆਂ ਦੇ ਵੱਲੋਂ ਕੋਈ ਅਪਰੋਚ ਸੀ ਕਿ ਸ਼ਾਇਦ ਉਹਨਾਂ ਨੂੰ ਕਲੀਅਰ ਨਹੀਂ ਹੋ ਰਿਹਾ ਕਿ ਪੇਸ਼ੈਂਟ ਲਾਈਵ ਹੈ ਕਿ ਡੈਡ ਆ, ਉਹਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ, ਸਹੀ ਰੱਖਿਆ ਗਿਆ ਕਿ ਗਲਤ ਰੱਖਿਆ ਗਿਆ। ਅਤੇ ਇੱਥੇ ਆ ਕੇ ਇਹਨਾਂ ਦੀ ਹੋਸਪਿਟਲ ਅਥੋਰਿਟੀ ਨਾਲ ਗੱਲ ਕਰਵਾ ਦਿੱਤੀ, ਡਾਕਟਰ ਸਾਹਿਬ ਦੇ ਨਾਲ, ਅਤੇ ਇਹਨਾਂ ਦਾ ਡਾਊਟ ਜਿਹੜਾ ਉਹ ਕਲੀਅਰ ਕਰਵਾ ਦਿੱਤਾ। ਇਹਦੀ ਸਿਸਟਰ ਜਿਹੜੀ ਅੰਦਰ ਦੇਖਣ ਗਈ ਆ, ਉਹ ਆਪਸ ਵਿੱਚ ਐਮੀਕੇਬਲੀ ਇਹਨਾਂ ਦਾ ਹੱਲ ਕਰਵਾ ਦਿੱਤਾ। ਸਰ, ਡਾਕਟਰ ਦਾ ਕੀ ਕਹਿਣਾ ਤੁਹਾਡੇ ਵੱਲੋਂ? ਡਾਕਟਰ ਸਾਹਿਬ ਦਾ ਕਹਿਣਾ ਕਿ ਇਹਨਾਂ ਦੇ ਬ੍ਰੇਨ ਕੋਮਾ ਹੈ ਇਹਦਾ, ਅਤੇ ਬਾਕੀ ਜਿਹੜੀ ਇਹਦੀ ਵਾਈਟਲ ਆਰਗਨ ਜਿਹੜੇ ਬਾਕੀ ਇਹਦਾ ਸਾਜ ਦਾ ਚੱਲ ਰਿਹਾ। ਸਰ, ਇੱਕ ਪਰਿਵਾਰਿਕ ਮੈਂਬਰ ਦਾ ਕਹਿਣਾ ਕਿ ਇਹਨਾਂ ਨੇ ਪੇਮੈਂਟ ਕਾਫੀ ਲੈ ਲਈ, ਉਹ ਪੇਮੈਂਟ ਦਾ ਕੀ ਰੋਲ ਆ ਵਿਚਾਰ? ਦੇਖੋ, ਪੇਮੈਂਟ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ, ਅਜੇ ਉਹਦਾ ਪੇਮੈਂਟ ਚੱਲ ਰਿਹਾ। ਕਿੰਨੇ ਚਿਰਾਂ ਤੋਂ ਦਾਖਲ ਸੀ ਅਰਾਊਂਡ ਅਬਾਊਟ ਇਹਨੂੰ 15-20 ਦਿਨ ਹੋ ਗਏ। ਸੋ ਹੁਣ ਕੀ ਹਾਲਾਤ ਆ ਪੇਸ਼ੈਂਟ ਦੇ ਜਿਹੜੇ? ਦੇਖੋ, ਪੇਸ਼ੈਂਟ ਦੇ ਹਾਲਾਤ ਡਾਕਟਰ ਸਾਹਿਬ ਨੇ ਦੱਸ ਦਿੱਤੇ ਕਿ ਉਹ ਕੋਮਾ ਦੇ ਵਿੱਚ ਆ, ਬ੍ਰੇਨ ਦਾ, ਅਤੇ ਸਾਹ ਉਹਦੇ ਚੱਲ ਰਹੇ ਨੇ ਪੇਸ਼ੈਂਟ ਦੇ। ਇਹਨਾਂ ਦੀ ਪਰਿਵਾਰ ਨੂੰ ਅੱਗੇ ਉਹਨਾਂ ਨੇ ਦਿੱਤੀ ਹੈ ਕਿ ਤੁਸੀਂ ਇੱਥੇ ਇਲਾਜ ਕਰਾਉਣਾ ਚਾਹੁੰਦੇ ਹੋ ਜਾਂ ਹੋਰ ਕਰਾਉਣਾ ਚਾਹੁੰਦੇ, ਇਹਨਾਂ ਦੀ ਆਪਸ਼ਨ ਹੈ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।